ਜਗਤ ਕਲੋਨੀ ਗਲੀ ਨੰਬਰ 4 ਦਾ ਕੰਮ ਸ਼ੁਰੂ। ਨਗਰ ਕੌਂਸਲਰ ਸੁਨੀਲ ਕੁਮਾਰ ਨੀਟਾ ਅਤੇ ਮੁਹੱਲਾ ਨਿਵਾਸੀਆਂ ਨੇ ਰਲ ਕੇ ਲਗਾਇਆ ਟੱਕ। ਡੇਢ ਮਹੀਨੇ 'ਚ ਗਲੀ ਬਣ ਕੇ ਹੋ ਜਾਵੇਗੀ ਤਿਆਰ, ਕਿਹਾ ਠੇਕੇਦਾਰ ਦੱਤ ਨੇ। ਬੜੇ ਲੰਬੇ ਸਮੇਂ ਤੋਂ ਜਗਤ ਕਲੋਨੀ ਗਲੀ ਨੰਬਰ 4 ਗਲੀ ਦਾ ਕੰਮ ਕਿਸੇ ਕਾਰਨਵਸ ਰੁਕਿਆ ਹੋਇਆ ਸੀ, ਜਦੋਂ ਕਿ ਇਸ ਦੇ ਆਲੇ ਦੁਆਲੇ ਦੀਆਂ ਸਾਰੀਆਂ ਹੀ ਗਲੀਆਂ ਦਾ ਕੰਮ ਲਗਭਗ ਬਣ ਕੇ ਕੰਪਲੀਟ ਹੋ ਚੁੱਕਿਆ। ਪਰ ਇਹ ਗਲੀ ਦੇ ਭਾਗ ਬੜੇ ਲੰਬੇ ਸਮੇਂ ਤੋਂ ਬਾਅਦ ਖੁੱਲ੍ਹੇ ਹਨ ਅਤੇ ਅੱਜ ਨਗਰ ਕੌਂਸਲਰ ਸੁਨੀਲ ਕੁਮਾਰ ਨੀਟਾ ਅਤੇ ਮੁਹੱਲਾ ਨਿਵਾਸੀਆਂ ਨੇ ਮਿਲ ਕੇ ਇਸ ਗਲੀ ਦਾ ਉਦਘਾਟਨ ਕੀਤਾ। ਮੌਕੇ 'ਤੇ ਮੌਜੂਦ ਠੇਕੇਦਾਰ ਨੇ ਦੱਸਿਆ ਕਿ ਇਹ ਗਲੀ ਡੇਢ ਮਹੀਨੇ ਵਿੱਚ ਬਣ ਕੇ ਤਿਆਰ ਹੋ ਜਾਵੇਗੀ ਅਤੇ ਇਸ ਵਿੱਚ ਲੱਗਣ ਵਾਲਾ ਮਟੀਰੀਅਲ ਬਹੁਤ ਹੀ ਵਧੀਆ ਤਰੀਕੇ ਨਾਲ ਲਗਾਇਆ ਜਾ ਰਿਹਾ ਅਤੇ ਇਹ ਗਲੀ ਆਪਣੇ ਆਪ ਵਿੱਚ ਇੱਕ ਮਿਸਾਲ ਹੋਵੇਗੀ। ਕੀ ਕਹਿਣਾ ਚਾਹੁੰਦੇ ਹੋ ਅੱਜ ਗਲੀ ਨੰਬਰ 4 ਜਗਤ ਕਲੋਨੀ ਦੇ ਜਿਹੜਾ ਹੈ ਮਹੂਰਤ ਹੋਇਆ ਕਿਰਾਇਆ? ਅੱਜ ਗਲੀ ਨੰਬਰ 4 ਜਗਤ ਕਲੋਨੀ ਦਾ ਸਾਰਾ ਮੁਹੱਲਾ ਨਿਵਾਸੀਆਂ ਵੱਲੋਂ ਮਿਲ ਕੇ ਮਹੂਰਤ ਕੀਤਾ ਗਿਆ। ਬੜੀ ਖੁਸ਼ੀ ਦੀ ਗੱਲ ਹੈ, ਗਲੀ ਕਾਫੀ ਚਿਰ ਬਾਅਦ ਬਣਨ ਲੱਗੀ ਹੈ ਕਿਉਂਕਿ ਸੀਵਰੇਜ ਤੋਂ ਬਾਅਦ 2 ਸਾਲ ਹੋ ਗਏ ਤਕਰੀਬ ਨੇ ਇਸ ਗਲੀ ਨੂੰ ਇਹ ਬਣਾਉਣ ਤੋਂ ਪੈਂਡਿੰਗ ਸੀਗੀ। ਪਿੱਛੇ ਜਿਹੀ ਹੁਣ ਇਹਦਾ ਟੈਂਡਰ ਹੋਇਆ ਤਕਰੀਬਨ 59 ਲੱਖ ਰੁਪਏ ਦਾ, ਅਤੇ ਇਹ ਗਲੀ ਇੱਥੋਂ ਲੈ ਕੇ ਤਕਰੀਬਨ ਇਹ 4,000 ਫੁੱਟ ਦੇ ਆਸ ਪਾਸ ਜਿਹੜੀ ਬਣੂਗੀ। ਕਿੰਨਾ ਚਿਰ 'ਚ ਕੰਪਲੀਟ ਹੋਊਗੀ? ਤਕਰੀਬਨ 2 ਕੁ ਮਹੀਨੇ ਦਾ ਕੰਮ ਹੈ, 2 ਤੋਂ 2.5 ਮਹੀਨੇ ਦਾ, 2 ਤੋਂ 2.5 ਮਹੀਨੇ 'ਚ ਬਣ ਜੂਗੀ। ਮੇਰੇ ਵੱਲੋਂ ਸਾਰਾ ਮੁਹੱਲਾ ਨਿਵਾਸੀਆਂ ਨੂੰ ਗਲੀ ਵਾਲਿਆਂ ਨੂੰ ਬਹੁਤ ਬਹੁਤ ਮੁਬਾਰਕਾਂ, ਧੰਨਵਾਦ। ਸ਼ਸ਼ੀ, ਅੱਜ ਗਲੀ ਨੰਬਰ 4 ਦਾ ਮਹੂਰਤ ਕੀਤਾ ਹੈ, ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਜਰਾ? ਕਿਉਂਕਿ ਬੜੇ ਲੰਬੇ ਸਮੇਂ ਬਾਅਦ ਲਗਭਗ 2 ਸਾਲ ਹੋ ਗਏ ਗਲੀ ਨੂੰ। ਨਾ 2 ਸਾਲ ਨਹੀਂ, ਇਹ 2002 'ਚ ਬਣੀ ਸੀ, ਉਹ ਤੋਂ ਬਾਅਦ ਥੋੜ੍ਹੀ ਜਿਹੀ ਬਣੀ ਸੀ ਇੱਥੋਂ, ਯਾਨੀ ਸਮਝ ਲਓ ਵੀ ਅੱਧੇ ਨਾਲ ਵੀ ਘੱਟ। ਬੁਰਾ ਹਾਲਤ ਸੀ, ਲੋਕ ਬੜੇ ਪਰੇਸ਼ਾਨ ਸੀ, ਜਿਹਦੇ ਚੈਂਬਰ ਬਣੇ ਹੋਏ ਨੇ ਆਪਣੇ ਰਸਤੇ ਦੇ ਵਿੱਚ ਰੈਂਪ ਬਣੇ ਹੋਏ ਨੇ, ਉਹ ਰੈਂਪ ਦੀ ਜਾਂ ਇੱਟ ਪੱਟੀ ਸੀਵਰੇਜ ਪਿਆ ਤਾਂ ਉਹ ਰੈਂਪਾਂ ਦੇ ਇੱਟਾਂ ਲੋਕਾਂ ਨੇ ਆਪਣੇ ਆਪਣੇ ਘਰਾਂ ਮੂਹਰੇ ਲਾ ਲਈਆਂ, ਯਾਰ ਗੱਡੀਆਂ ਲੰਘਦੀਆਂ ਅਤੇ ਅੱਗੇ ਉਹਦੇ ਚੈਂਬਰ ਟੁੱਟ ਗਏ। ਬੜਾ ਚੰਗਾ ਲੱਗਿਆ, ਅੱਜ ਉਦਘਾਟਨ ਹੋਇਆ, ਦੇਰ ਆਏ ਦਰੁਸਤ ਆਏ। ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਗਲੀ ਦੇ? ਖੁਸ਼ੀ ਦੀ ਗੱਲ ਹੈ ਜੀ, ਬਹੁਤ ਦੇਰ ਬਾਅਦ ਜਿਹੜੀ ਸਾਡੀ ਗਲੀ ਹੈ ਉਹ ਬਣਨ ਲੱਗੀ ਹੈ। ਸਾਨੂੰ ਆਸ ਹੈ ਕਿ ਅਸੀਂ ਸਾਰੇ ਸਹਿਯੋਗ ਦੇ ਕੇ ਜਲਦੀ ਤੋਂ ਜਲਦੀ ਇਹਨੂੰ ਕੰਪਲੀਟ ਕਰਾਵਾਂਗੇ। ਸਭ ਪ੍ਰਸ਼ਾਸਨ ਦਾ, MLA ਸਾਹਿਬ ਦਾ, ਸਭ ਦਾ ਧੰਨਵਾਦ। ਕਿਵੇਂ ਲੱਗ ਰਿਹਾ ਜੀ ਅੱਜ ਜਿਹੜੀ ਹੈ ਕਾਫੀ ਦੇਰ ਬਾਅਦ ਜਿਹੜੀ ਹੈ ਇਸ? ਬਹੁਤ ਖੁਸ਼ੀ ਵਾਲਾ ਦਿਨ ਹੈ ਜੀ, ਲੰਬੇ ਸਮੇਂ ਤੋਂ ਇਸ ਗਲੀ ਦੇ ਮੁਹੱਲਾ ਨਿਵਾਸੀਆਂ ਦੀ ਮੰਗ ਸੀ ਕਿ ਗਲੀ ਨੂੰ ਬਣਾਇਆ ਜਾਵੇ ਅਤੇ ਮੁਹੱਲਾ ਨਿਵਾਸੀਆਂ ਵੱਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ ਇਸ ਕੰਮ ਨੂੰ ਦੇਖੇ ਚਾੜ੍ਹਨ ਵਿੱਚ, ਅਤੇ ਅਸੀਂ ਆਸ ਕਰਾਂਗੇ ਕਿ ਮੁਹੱਲੇ ਦੀ ਡਿਵੈਲਪਮੈਂਟ ਦੇ ਲਈ ਜਿਹੜਾ ਹੈਗਾ ਇਹ ਕਾਰਜ ਜਲਦੀ ਤੋਂ ਜਲਦੀ ਨੇਪਰੇ ਚਾੜਿਆ ਜਾਵੇ।